ਆਮੀਨਾ ਖੰਡਾਲ ਦੁਆ ਤੇ ਮੋਹਰ ਲੱਗਦੀ ਹੈ। ਆਮੀਨ ਸਾਰੇ ਆਖੋ। ਮਾਲਿਕ ਕੁਰਬੇ ਮਾਸੂਮੀਨ ਜਗਾਈ ਨਾਲ ਬਹੁਤ ਬੜੀ ਦੁਆ ਹੈ। ਹੁਸੈਨ ਅਲੈਹਿ ਸਲਾਮ ਦੀ ਪਾਕ ਮਾਂ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ। ਇਹਨਾਂ ਲਫ਼ਜ਼ਾਂ ਦਾ ਸਵਾਬ, ਇਸ ਜ਼ਿਕਰ ਦਾ ਸਵਾਬ ਮੌਲਾ ਦੇ ਮੱਤਾ ਖਾਨ ਜਿਹੜੇ ਦੁਨੀਆਂ ਤੋਂ ਜਾ ਚੁੱਕੇ ਨੇ ਉਹਨਾਂ ਦੀ ਰੂਹ ਨੂੰ ਮਾਲ ਪਹੁੰਚੇ। ਇਹ ਇਜਾਜ਼ਤ ਥੋੜ੍ਹਾ ਜਿਹਾ ਜ਼ਿਕਰ ਮੈਂ ਥੋੜ੍ਹੀ ਜਿਹੀ ਨੌਕਰੀ ਬਹੁਤ ਬੜੀ ਦੁਆ, ਬਹੁਤ ਬੜੀ ਆਮੀਨ ਹੋਵੇ। ਮਾਲਕ ਦਾ ਹੁਜਤ ਦੌੜਾਂ ਦਾ ਜ਼ਰੂਰ ਚੱਲ। ਗਲੀ ਗਲੀ ਮੇਂ ਵਫਾ ਹੈ ਹੁਸੈਨ ਕਾ ਮਾਤਮ। ਹਰ ਕਿਸੇ ਦੀ ਹਾਜ਼ਰੀ ਹੈ। ਮੈਂ ਕੋਸ਼ਿਸ਼ ਕਰਦਾ ਬਹੁਤ ਥੋੜ੍ਹਾ ਲੇਕਿਨ ਜਿਤਨੀ ਜਲਦੀ ਤੁਸੀਂ ਤਵੱਜੋ ਕਰ ਸੋ ਉਤਨਾ ਹੀ ਥੋੜ੍ਹਾ। ਗਲੀ ਗਲੀ ਮੈਂ ਬਾਬਾ ਹੈ ਹੁਸੈਨ ਕਾ ਮਾਤਮ। ਬਾਜੀ ਮਜਲਿਸ ਮੁਕੰਮਲ ਹੈ ਚਲੋ ਸਭ ਮਜਲਿਸ ਮੁਕੰਮਲ ਇਹਨਾਂ ਚੌਂਕੇ ਸਹਿਰ ਚ ਅੱਗੋਂ ਥੋੜ੍ਹਾ ਜਿਹਾ ਪੜ੍ਹਨੇ ਚੁੱਕੀ ਕਿਸੇ ਦਾ ਸਾਥ। ਗਲੀ ਗਲੀ ਮੈਂ ਬਾਬਾ ਹੈ ਹੁਸੈਨ ਕਾ ਮਾਤਮ। ਹੁਸੈਨ ਅਜ਼ਮਤ ਯਜ਼ਦਾਂ ਕੋ ਯੂੰ ਨਿਖਾਰ ਗਿਆ ਬਤਾ ਰਹੇ ਹੈ ਜਹਾਂ ਕੋ ਯੇ ਮਾਤਮੀ ਹਲਕੇ ਹੁਸੈਨ ਜੀਤ ਗਏ ਔਰ ਯਜ਼ੀਦ ਹਾਰ ਗਿਆ। ਹੁਸੈਨ ਜੀਤ ਗਏ ਅੱਲਾਹ ਦੀ ਇਸ ਕਾਇਨਾਤ ਵਿੱਚ ਜਿਸ ਦਾ ਕੋਈ ਨਹੀਂ ਉਸ ਦਾ ਹੁਸੈਨ। ਲਓ ਇਸ ਤੋਂ ਜਲਦੀ ਮੇਰਾ ਖਿਆਲ ਹੈ ਕੋਈ ਜ਼ਾਕਰ ਕਿਆ ਕਰ ਸਕਦਾ। ਦੋ ਸ਼ੇਰ ਕਸੀਦੇ ਦੇ ਪੜ੍ਹਦੇ ਥੋੜ੍ਹਾ ਜਿਹਾ ਹਿੱਸਾ ਮਸਾਇਬ ਚ ਕਰਨ ਵਾਲਾ ਹੈ ਅਤੇ ਮੈਂ ਸਲਾਮ ਕਰਦਾ। ਗਰ ਸ਼ੌਕ ਹੋ ਸਫ਼ਰ ਕਾ ਤੁਮੇ ਅੰਬੀਆ ਕੇ ਸਾਥ। ਜਿਤਨੇ ਮੌਲਾ ਦੇ ਬੰਦਾ ਬੈਠੇ ਹੋ ਸ਼ੇਰ ਸੁਣਨ ਵਾਲੇ ਬੰਦੇ, ਸ਼ੇਰ ਲਿਖਣ ਵਾਲੇ ਬੰਦੇ, ਸ਼ੇਰ ਸਮਝਣ ਵਾਲੇ ਬੰਦੇ, ਮਿੰਨਤ ਵਾਲੀ ਜ਼ਾਕਰੀ ਨਾ ਕੀਤੀ ਇਹਨਾਂ ਮੁਹੰਮਦ ਦੀ ਦੀ ਤੌਫੀਕ ਦੇਵੇ। ਜਿਹੜੇ ਬੰਦੇ ਇੱਜ਼ਤ ਵਾਲੇ ਦਰਬਾਰ ਚ ਝੋਲੀਆਂ ਭਰਨ ਆਏ ਬੈਠੇ ਹੋ ਉਹ ਜ਼ਰੂਰ ਝੋਲੀ ਭਰ ਕੇ ਜਾਣੇ। ਗਰ ਸ਼ੌਕ ਹੋ ਸਫ਼ਰ ਕਾ ਤੁਮੇ ਅੰਬੀਆ ਕੇ ਸਾਥ। ਮੈਂ ਬਹੁਤ ਛੋਟਾ ਲਾਕੇ ਨਾ ਹੈਸੀਅਤ ਤਾਲਮੇਲ ਹੁੰਦੀ ਹੈ ਲੇਕਿਨ ਮਾਹੌਲ ਥੋੜ੍ਹਾ ਜਿਹਾ ਬਿਹਤਰ ਬਣਾਵਾਂ। ਇਹ ਸ਼ੇਰ ਇੱਕ ਪੂਰੀ ਮਜਲਿਸ ਹੈ। ਗਰ ਸ਼ੌਕ ਹੋ ਸਫ਼ਰ ਕਾ ਤੁਮੇ ਅੰਬੀਆ ਕੇ ਸਾਥ ਕੁਛ ਦੂਰ ਤੱਕ ਜਲੂਸ ਅਜ਼ਾਬ ਮੇਂ ਚਲਾ ਕਰੋ। ਕਰੋੜ ਵਾਲੀ ਸਲਾਮ ਹੈ ਉਸ ਬੰਦੇ ਨੂੰ ਜਿਸ ਮੁਸ਼ਕਿਲ ਬਾਤ ਤੇ ਹੱਥ ਚਾਹੇ ਜ਼ਮਾਨੇ ਨੂੰ ਦੱਸੀਏ ਹੁਸੈਨ ਕਿਸ ਤਾਕਤ ਦਾ ਨਾਂ ਹੈ, ਹੁਸੈਨ ਕਿਸ ਪਾਵਰ ਦਾ ਨਾਂ ਹੈ, ਹੁਸੈਨ ਕੌਣ ਹੈ। ਇਜਾਜ਼ਤ ਬੜਾ ਇਬਨ ਅਲੀ ਕੀ ਸ਼ਹਿਰ ਸੇ ਜੀਨੇ ਕੀ
ਸੁਲਤਾਨੇ ਕਰਬਲ ਜ਼ਹਿਮਤ ਕਬ ਦੇਤਾ ਹੈ।
وچ بیٹھا ہے ہاتھ چا کے بولے حیدر علی اب آدر اور بستے رہو میں شیر بابو زندگی کا خوفا دے کے جا رہا ہوں چاچے نے جگایا ہے میں شیر پڑھ کے اس رکھن کا مسول کرے مجال نہیں اوقات نہیں حیثیت نہیں بہت چھوٹا واقعہ رہا لیکن طاقت کوشش کر کے نفس دیکھ کر کے ایک گلدستے بنا کے تھوڑی جھولی تک پہنچاؤ کی کوشش کرتے خوبصورت انداز میں اگو سن کے تو بندہ ہے جس گھر چل چکے گل چکی آؤ جتنے دربار حسینی شیعہ بیٹھے ہوئے جتنے زادار بیٹھے ہوئے میں بہت چھوٹا علاقے رہا لیکن زندگی کا تحفہ دینے کا وعدہ کیتا جی کہ روضہ سانس لیتا ہے وہ سجدہ سانس لیتا ہے دل کیتے ذکر واسطے بولی ذاکر واسطے نہیں تو جان چودہ جان آؤ میں سا حسین کا شیعہ مرتا نہیں ملک مستعار سے کھوکر سانسہ درجات بہت علم لے نظر پر گوندل سانسہ درجات پر یہ سلسلہ انہوں نے گھرچ جاری اور ساری نمی یہ ازاداری کا یہ مولد مدہ خان انہوں نے پتر بڑھنے انہوں نے شاگرد بڑھنے تاکہ سلسلہ جاری ہے آسف مالک ارشد رنگ لاوے خرم مالک ارشد رنگ لاوے یہ تیرا دل آکے دلمان رہنا دیوی سانس لیتا ہے ویکھنے پر دیوی اکینا سونے مخدوم ہے کون ہے انہوں نے پتران مہرہ لدا کرا اوکی دعا اپنے ذہن چ رکھے میں سلام کر لگا آؤ میں دسنا چاہنا حسین را شیعہ مرتا نہیں حسین نے عزدار دا انتقال ہوں دے باجی یہ جہان چھوڑیا اس جہان چ منتقل ہو گئے فیصلہ تو کری کتنی دا بڑھ دیئے میں کتنی دے سکیا میں گھر کری پیا تا
جڑے امام رضا بادشاہ سے یار کی حضرت لے کے پنڈال وچ بیٹھے ہو مل کے قران پڑھو ہے علی جڑے نہیں گئے مالک کسے سال بلاوے تے جڑے گئے ہو وہ میری بات کی تائید کرے تے میرے نال لے تھوڑا جے جی سر دلار کرنا پیا دا خراسانی شہر دے وچ مہمان ہے غربت ویکھی ماکر دا
Bye.
اللہ تعالیٰ نے مظلوم کربلا